ਹਰਵਿੰਦਰ ਕੀ ਲੱਗਦੇ ਸੀਗੇ ਆਪਣੇ? ਮੇਰੇ ਫਾਦਰ ਸਾਹਿਬ ਸੀਗੇ। ਕਿੰਨੀ ਕੁ ਉਮਰ ਸੀਗੀ? ਇਹਨੇ 55 ਸਾਲ ਉਮਰੇ। ਤੇ ਕੀ ਕਰਨ ਗਏ ਸੀ? ਸਰ ਪਾਣੀ ਲਾਉਣ ਗਏ ਸੀ ਕਣਕ ਨੂੰ ਜੀ। ਪਾਣੀ ਲਾਉਣ ਗਏ ਸੀ? ਹਾਂਜੀ। ਅੱਛਾ, ਕੀ ਵਾਪਸ ਆ ਰਹੇ ਸੀ ਕਿੱਦਾਂ? ਹਾਂਜੀ ਸਰ, 4 ਵਜੇ ਤੇ 4 ਸਾਢੇ 4 ਵਜੇ ਦੇ ਕਰੀਬ ਵਾਪਸ ਆ ਰਹੇ ਸੀਗੇ। ਤੇ ਪਹਿਲਾਂ ਤਾਂ ਦਰਿਆ ਚ ਪਾਣੀ, ਦਰਿਆ ਦੇ ਵਿੱਚ ਬੇੜਾ ਲੱਗ ਜਾਂਦਾ ਜੀ ਥੱਲੇ, ਤੇ ਇੱਕ ਵਾਰੀ ਇੱਕਦਮ ਪਾਣੀ ਵੱਧ ਗਿਆ, ਪੈਰ ਫਿਸਲ ਗਿਆ ਕਹਿ ਰਹੇ ਸੀਗੇ। ਤੇ ਉਹ ਪਾਣੀ ਵਧਣ ਕਰਕੇ ਇਹਨਾਂ ਨੂੰ ਦਰਿਆ ਦੇ ਵਿੱਚ ਸਿੱਧਾ ਤਾਰੂ ਹੋ ਗਿਆ, ਤਾਰ ਕੇ ਲੈ ਗਏ। ਇਹ ਕਿਸ ਤਰ੍ਹਾਂ ਹਾਦਸਾ ਕਿੱਥੇ ਹੋਇਆ, ਕਿਹੜੀ ਜਗ੍ਹਾ ਤੇ ਹੋਇਆ? ਇਹ ਸਰ 195/1 ਗੇਟ ਦੇ ਕੋਲੇ ਹੋਇਆ ਜੀ, ਦੋਨਾਂ ਤੇਲੂ ਮਲ। ਠੀਕ, ਹੁਣ ਕੀ ਮੰਗ ਹੈ ਤੁਹਾਡੀ? ਸਰ ਮੰਗ ਕੋਈ ਨਹੀਂ, ਬਸ ਸਾਨੂੰ ਜਿੱਦਾਂ ਵੀ ਆ ਸਾਨੂੰ ਲੱਭ ਕੇ ਦੇ ਦੇਣ ਬਸ। ਕਿੰਨੀ ਉਮਰ ਸੀ ਇਹਨਾਂ ਦੀ? ਸਰ ਇਹਨੇ 55 ਸਾਲ ਉਮਰ ਸੀ। ਖੇਤੀ ਕਰਨ ਗਿਆ ਸੀ? ਹਾਂਜੀ ਸਰ। ਠੀਕ, ਸਵਰਨ ਸਿੰਘ ਤੁਸੀਂ ਵੀ ਗਏ ਸੀ ਨਾਲ ਹੀ? ਹਾਂ, ਮੈਂ ਅੱਗੇ ਸਾਂ ਤੇ ਉਹ ਮੇਰੇ ਮਗਰ ਸੀ। ਅੱਛਾ, ਤੁਸੀਂ ਕਿਵੇਂ ਨਾਲ ਹੀ ਗਏ ਸੀ? ਨਹੀਂ, ਸਵੇਰੇ ਤਾਂ ਇਹ ਅੱਡੋ ਅੱਡ ਗਏ ਆ। ਹਾਂ ਹਾਂ, ਤੇ ਜਦੋਂ ਆਉਂਦੇ ਆਏ ਹਨਾ, ਹਾਂ ਹਾਂ, ਅਸੀਂ 4 ਬੰਦੇ ਪਾਣੀ ਤੇ ਲੱਖ ਲੱਖ ਪਾਣੀ ਤੇ ਇਹ ਆਖਿਆ ਵਿੱਚੋਂ ਦੀ ਲੰਘ ਜਾਂਦੇ ਆ। ਤੁਹਾਡੀ ਵੀ ਉਧਰ ਜ਼ਮੀਨ ਹੈ? ਹਾਂ, ਸਾਡੀ ਵੀ ਉੱਥੇ ਜ਼ਮੀਨ ਹੈ। ਅੱਛਾ, ਤੁਸੀਂ ਵੀ ਨਾਲ? ਮੈਂ ਉਹਦੇ ਅੱਗੇ ਆ ਰਿਹਾ ਤੇ ਉਹ ਮੇਰੇ ਮਗਰ ਆ ਰਿਹਾ। ਅੱਛਾ, ਜਦੋਂ ਰਸਤੇ ਦੇ ਵਿੱਚ ਨਾ ਜਦੋਂ ਅਸੀਂ ਰੱਸਾ ਫੜਿਆ ਤੇ ਅਸੀਂ ਦੋਵੇਂ ਇੱਕ ਵੇਰ ਸਾਡੇ ਪਾਣੀ ਉੱਦੀ ਲੰਘ ਗਿਆ। ਹਾਂ ਹਾਂ, ਦੋਵਾਂ ਦੇ ਇੰਨਾ ਰੋਡ ਪਾਣੀ ਦਾ, ਤੇ ਉਹ ਮੈਨੂੰ ਆਂਦਾ ਬਾਬਾ ਪਿਛਾ ਚੱਲ ਗਿਆ। ਮੈਂ ਕਿਹਾ ਤੂੰ ਪਿੱਛੇ ਮੁੜ ਜਾ। ਅੱਛਾ, ਹਾਂ ਉਹ ਪਿੱਛੇ ਮੁੜ ਗਿਆ, ਉਹ ਪਿੱਛੇ ਮੁੜ ਗਿਆ ਪਿਛਾ ਜਾ ਕੇ ਮੈਂ ਉਹਨੂੰ ਵੇਖਿਆ ਏਡੇ ਏਡੇ ਪਾਣੀ ਚੱਪੜ ਗਿਆ ਉਹ। ਬਾਅਦ ਦੇ ਵਿੱਚ ਪਤਾ ਨਹੀਂ ਉਹਦੇ ਨਾਲ ਕੀ ਭਾਣਾ ਵਾਪਰਿਆ, ਫਿਰ ਮੇਰੇ ਅੱਗੇ ਤਾਂ ਮੈਨੂੰ ਵੀ ਆ ਵੇਖੋ, ਮੈਨੂੰ ਵੀ ਬੜੀਆਂ ਰਗੜਾਂ ਲੱਗੀਆਂ ਨੇ ਸਾਰੀਆਂ, ਰਸਤੇ ਨੂੰ ਵੱਢ ਵੱਢ ਕੇ। ਤੁਸੀਂ ਵੀ ਜ਼ਖਮੀ ਹੋ? ਹਾਂ, ਇੱਥੇ ਆਵੇ ਇੱਕ ਵੀ ਮੇਰੀ ਆਵੇ ਸਾਰੀ ਰੱਸੇ ਦੇ ਨਾਲ ਹੀ ਆਵੇ ਸਾਰੀ। ਕੀ ਰੱਸਾ ਖਿੱਚ ਕੇ ਲੈ ਗਿਆ ਤੁਹਾਨੂੰ? ਰੱਸਾ ਖਿੱਚ ਕੇ, ਰੱਸਾ ਤਾਂ ਸਾਨੂੰ ਬਚਾ ਗਿਆ ਅੱਗੇ। ਹਾਂ ਹਾਂ, ਰੱਸੇ ਨੂੰ ਫੜ ਕੇ ਤਾਂ ਬਚਿਆ ਨਹੀਂ ਤੇ ਪਾਣੀ ਰੋੜਦਾ ਸੀ। ਹਾਂ ਹਾਂ, ਉਹ ਫਿਰ ਅਸੀਂ ਉਹ ਪਿੱਛੇ ਚਲਾ ਗਿਆ। ਮੈਂ ਤਾਂ ਜਦੋਂ ਬਸੁਰਤ ਹੋ ਕੇ ਬਾਹਰ ਨਿਕਲ ਆਇਆ ਤੇ ਮੈਂ ਇੱਥੇ ਗੇਟ ਤੇ ਆਣ ਕੇ ਮੈਂ ਐਂਟਰੀ ਵੀ ਕਟਾ ਲਈ। ਸਾਹਿਬ ਮੈਨੂੰ ਆਦਾ ਇਹ ਤੁਹਾਡਾ ਬੰਦਾ ਇੱਕ ਰੋੜ ਗਿਆ। ਮੈਂ ਕਿਹਾ ਅਮਰੀਕ ਸਿੰਘ ਹੈਗਾ ਸੀ, ਮਗਰ ਉਹ ਤਾਂ ਪਿੱਛਾ ਮੁੜ ਗਿਆ, ਹੋਰ ਤਾਂ ਬੰਦਾ ਹੀ ਕੋਈ ਨਹੀਂ ਸੀ। ਉਹ ਆਦਾ ਨਹੀਂ, ਉਹ ਬੰਦਾ ਰੋੜ ਗਿਆ। ਫਿਰ ਮੈਂ ਇੱਥੋਂ ਫਿਰ ਦੁਬਾਰਾ ਗਿਆ, ਫਿਰ ਅਸੀਂ ਸਾਰਾ ਦਰਿਆ ਵਹਿ ਕੇ ਫਿਰੇ। ਤੁਸੀਂ ਕਿਸ ਤਰ੍ਹਾਂ ਜਾਨ ਆਪਦੀ ਬਚਾਈ, ਕਿਸ ਤਰ੍ਹਾਂ ਨਿਕਲੇ? ਅਸੀਂ ਤਾਂ ਰੱਸੇ ਨੂੰ ਫੜ ਕੇ ਨਿਕਲੇ। ਹਾਂ ਹਾਂ, ਰੱਸਾ ਉਹਨੇ ਹੀ ਫੜਿਆ ਸੀ, ਪਰ ਉਹਨੂੰ ਕੋਈ ਤਰਨ ਦੀ ਵੀ ਦਿੱਕਤ ਸੀ। ਤੇ ਉਹ ਖਰੇ ਕੁਮਾਰ ਆ ਜਾਂ ਆਉਂਦੀ ਜਿਹੜੀ ਅਜਲ ਜਿਵੇਂ ਵੀ, ਨਹੀਂ ਤੇ ਅੱਗੇ ਵੀ ਅੱਗ ਲੱਖ ਲੱਖ ਪਾਣੀ ਦੇ ਵਿੱਚ ਬੰਦਾ ਡੁੱਬਣਾ ਕੋਈ ਸੌਖੀ ਨਹੀਂ, ਡੁੱਬਦੇ ਭਾਵੇਂ ਨਾ ਵੀ ਤਰਦਾ ਆਵੇ। ਬਾਕੀ ਚਲੋ, ਮਹਾਰਾਜ ਨੇ ਉਹਦੇ ਘਰੋਂ ਦਾ ਬਹਿ ਗਿਆ, ਵਿਚਾਰੇ ਦਾ ਘਰ ਉਹਦੇ ਨਾਲ ਸੀ, ਬਹੁਤ ਮਾੜਾ ਹੋਇਆ, ਨਿੱਕੇ ਨਿੱਕੇ ਬੱਚੇ ਨੇ ਹੁੰਦੇ। ਇਹ ਡੁੱਬਾ ਪਾਣੀ ਚੱਕਦਾ ਵੱਧ ਗਿਆ। ਕੀ ਨਾਂ ਸੀ, ਕੌਣ ਗਿਆ ਸੀ ਉੱਧਰ? ਅਮਰੀਕ ਸਿੰਘ। ਕੀ ਕਰਨ ਗਿਆ ਸੀ? ਇਹ ਖੇਤੀ ਨੂੰ ਪਾਣੀ ਲਾਉਣ। ਕਿੱਥੇ ਗਿਆ ਸੀ? ਇਹ ਨਦੀ ਦਰਿਆ ਤੋਂ ਪਾਰ ਗਿਆ ਸੀ। ਦਰਿਆ ਤੋਂ ਪਾਰ? ਹਾਂਜੀ। ਤੇ ਕਿੰਨੇ ਜਣੇ ਗਏ ਸੀਗੇ? ਬੰਦੇ ਤਾਂ ਬਹੁਤ ਜ਼ਿਆਦਾ ਸੀ, ਤੇ ਇਹ ਤੇ 4 ਜਣੇ ਜਦੋਂ ਵਿੱਚ ਪਾਣੀ ਚੱਲਣ ਲੱਗ ਗਿਆ। ਹਾਂ ਹਾਂ, ਤੇ ਪਾਣੀ ਜੱਕਦਮ ਦੋ ਤੇ 3 ਫੁੱਟ ਵੱਧ ਗਿਆ। ਕਿੰਨੀ ਕੁ ਉਮਰ ਸੀ ਜਿੰਦੀ? ਉਮਰ ਇਹ ਵੀ 45 ਸਾਲ ਦੀ। 45 ਸਾਲ, 45-50 ਸਾਲ ਦੇ ਗੇੜ ਤੇ ਸੀ। ਅੱਛਾ, ਡਿੱਗਿਆ ਕਿਵੇਂ ਵਿੱਚ ਦਰਿਆ? ਡਿੱਗਾ, ਪਾਣੀ ਵੱਧ ਗਿਆ ਤੇ ਜਦੋਂ ਪਾਣੀ ਦੇ ਤੇਜ਼ੀ ਨਾਲ ਪੈਰ ਨਿਕਲ ਕੇ ਥੱਲੇ ਦਿੱਤਾ ਤੂੰ। ਹੈ? ਜਦੋਂ ਪਾਣੀ ਵੱਧ ਗਿਆ ਜੱਕਦਮ, ਪਾਣੀ ਬਹੁਤ ਤੇਜ਼ ਸੀ, ਪੈਰ ਫਿਸਲ ਗਿਆ। ਪੈਰ ਫਿਸਲ ਗਿਆ। ਅੱਛਾ ਅੱਛਾ, ਤੇ ਉਹਦੇ 'ਚ ਕਿੰਨੇ ਜਣੇ ਹੁਣ ਪਤਾ ਲੱਗਾ ਕੋਈ? ਤੇ ਉਹਦੇ 'ਚ ਇਹ ਚਾਰ ਬੰਦੇ ਸੀ। ਚਾਰ ਬੰਦੇ ਕਿੰਨੇ ਨਿਕਲ ਆਏ? ਤਿੰਨ ਨਿਕਲ ਆਏ ਨੇ। ਤਿੰਨ ਨਿਕਲ ਆਏ, ਇੱਕ ਰਹਿ ਗਿਆ। ਇੱਕ ਰਹਿ ਗਿਆ। ਅੱਛਾ, ਹੁਣ ਕੀ ਮੰਗ ਸਰ? ਹੁਣ ਸਾਡੀ ਮੰਗ ਇਹ ਵੀ ਜਲਦੀ ਜਲਦੀ ਕੋਤਾਖੋਰ ਲਿਆ ਕੇ ਇਹਨੂੰ ਇਹਦੀ ਲਾਸ਼ ਲੱਭੀ ਜਾਵੇ, ਇਹ ਪਰਿਵਾਰ ਦੀ ਕੋਈ ਨਾ ਕੋਈ ਮਦਦ ਵੀ ਕੀਤੀ ਜਾਵੇ। ਹਾਂ ਹਾਂ, ਮਾਲੀ ਸਹਾਇਤਾ। ਮਾਲੀ ਸਹਾਇਤਾ। ਠੀਕ।
ਕਿਸਾਨ ਕਿਸ ਤਰ੍ਹਾਂ ਮਤਲਬ ਮੌਤ ਦੇ ਸਾਏ ਥੱਲੇ ਜਾ ਕੇ ਉਧਰ ਖੇਤੀ ਕਰਦੇ ਨੇ ਤੁਹਾਨੂੰ ਪਤਾ ਹੀ। ਉਹ ਤਾਂ ਜੀ ਸਾਰਿਆਂ ਨੂੰ ਪਤਾ ਵੀ ਮੌਤ ਦੇ ਵੀ ਨਹੀਂ ਲੰਘ ਕੇ ਚਾਹੀਦਾ ਤੇ ਕੋਈ ਵੀ ਸਾਡੀ ਬਾਹ ਨਹੀਂ ਫੜਦਾ ਇਸ ਟਾਈਮ ਤੇ। ਕਈ ਪੁੱਲ ਵਾਸਤੇ ਬੜਾ ਚਾਰਾ ਮਾਰਿਆ, ਸਾਨੂੰ ਪੁੱਲ ਚਾਹੀਦਾ ਜਨਾਬ। ਇਹਨਾਂ ਨੇ ਪੁੱਲ ਲਿਆ ਕੇ ਰੱਖਿਆ ਆ, ਪਾਇਆ ਦਾ ਸਮਾਨ ਕੋਲ ਰੱਖਿਆ ਪਿਆ, ਸਾਨੂੰ ਪੁੱਲ ਨਹੀਂ ਦਿੱਤਾ ਅਜੇ ਤੱਕ। ਪੁੱਲ ਤਾਂ ਹੀ ਹੈ ਸਾਰਾ, ਪੁੱਲ ਨਹੀਂ ਦਿੱਤਾ ਅਜੇ ਤੱਕ। ਹਾਂਜੀ ਹਾਂਜੀ, ਇਹ ਜੇ ਪੁੱਲ ਬਚਾਉਣ ਦਾ ਆ ਕਰਨਾ ਕਿਉਂ ਹੁੰਦੀ, ਇਹ ਕਰਨਾ ਕਦੀ ਨਹੀਂ ਹੁੰਦੀ, ਪੁੱਲ ਹੋ ਜਾਂਦਾ ਜੀ। ਅਜੇ ਮੁਸੀਬਤਾਂ ਦਾ ਸਾਹਮਣਾ ਕਿਉਂ ਕਰਨਾ ਪੈਂਦਾ? ਹਾਂਜੀ, ਇਹ ਅਸੀਂ ਤਾਂ ਬਹੁਤ ਜ਼ਿਆਦਾ ਪਰੇਸ਼ਾਨ ਹੋਏ ਗੱਲ ਤੋਂ। ਚਾਰ ਵਜੇ ਦੀ ਪੁਕਾਰ ਹੋਣ ਲਈ ਫੋਨ ਤੇ ਫੋਨ ਕਰੀ ਜਾਣੇ, ਕੋਈ ਨੀ ਮੁਲਾਜ਼ਮ ਅਜੇ ਤੱਕ ਸਾਡੇ ਕੋਲ ਫੜਿਆ, ਕਿਸੇ ਨੇ ਕੋਈ ਐਮ ਐਲ ਨੀ, ਕੋਈ ਡੀ ਸੀ ਦਾ ਬੰਦਾ ਕੋਈ ਨੀ ਆਇਆ ਤੱਕ ਸਾਡੇ ਕੋਲ। ਐਮ ਐਲ ਨੂੰ ਫੋਨ ਕੀਤੇ, ਉਹ ਵੀ ਨੀ ਫੜਿਆ ਅਜੇ ਤੱਕ ਸਾਡੇ ਕੋਲ। ਹੁਣ ਦੱਸੋ ਕਿਹਨੂੰ ਕਰੀਏ ਫੋਨ ਜੀ? ਹੁਣ ਇਹੋ ਤਿੰਨ ਚਾਰ ਮੇਨ ਬੰਦੇ ਹੁੰਦੇ ਜਿਹਨਾਂ ਨੂੰ ਕਰਨੇ, ਜਿਹਨਾਂ ਨੂੰ ਦੁਪਹਿਰ ਦੇ ਫੋਨ ਕਰਨੇ, ਕੋਈ ਸਾਡੀ ਗੱਲ ਨੀ ਸੁਣੀ ਕਿਸੇ ਨੇ ਅਜੇ ਤੱਕ, ਕੋਈ ਨੀ। ਹੁਣ 7 ਵਜੇ 7 ਤੋਂ 8 ਵਜੇ ਮਿਲ ਜੇ ਕੋਈ ਜਿਹੜੀ ਕੋਈ ਉਹਦੇ ਘਰ ਜਗਾ ਜੀ, ਚਲੋ ਜ਼ਮੀਨ ਭਾਂਡਾ ਵੀ ਚਾਹੀਦਾ ਜਿਹੜਾ ਹੈਗਾ ਦਰਿਆ ਦਾ ਪਰਲੇ ਬੰਨਿਆ ਸਾਰਾ, ਇਧਰਲੇ ਬੰਨੇ ਜ਼ਮੀਨ ਵੀ ਕੋਈ ਨੀ, ਇੱਕੋ ਮੁੰਡਾ ਦਾ ਉਹ ਵੀ ਕਿੰਨੀ ਜ਼ਮੀਨ ਸੀ ਉਧਰ? ਹਾਂਜੀ, ਉਧਰ ਕਿੰਨੀ ਜ਼ਮੀਨ ਸੀ? 2.5-3 ਕਿੱਲੇ ਸਾਰਾ ਉਧਰ ਸੀ, ਬਾਹਰ ਸੀਗੀ। ਦੋ ਭਰਾ ਗੂਗੇ ਹੁੰਦੇ ਵਿਚਾਰੇ, ਉਹ ਵੀ ਇਹਦੇ ਆਸਰੇ ਚੱਲਦੇ। ਨਾਮ ਜੀ ਤੁਹਾਡਾ? ਓਮ ਪ੍ਰਕਾਸ਼, ASI ਥਾਣਾ ਮੋਦੋ ਤੋਂ। ਹਾਂਜੀ, ਤੁਸੀਂ ਆਏ ਇੱਥੇ ਦੇਖਿਆ ਕੀ ਕੁਛ ਦੇ? ਮੌਕੇ ਤੇ ਆਏ, ਪਾਣੀ ਦਾ ਬਹਾਅ ਤੇਜ਼ ਹੈ ਜੀ। ਹਾਂਜੀ ਹਾਂਜੀ, ਤੇ ਅਜੇ ਡੈੱਡ ਬੋਡੀ ਜੋ ਉੱਪਰ ਨਹੀਂ ਆਈ ਅਜੇ, ਤੇ ਬਾਕੀ ਅਜੇ ਕਾਰਵਾਈ ਜੋ ਡੈੱਡ ਬੋਡੀ ਮਿਲਣ ਦੇ ਅਨੁਸਾਰ ਕੀਤੀ ਜਾਏਗੀ। ਕਿੰਨੇ ਗਏ ਸੀ ਬੰਦੇ ਤੇ ਕਿੰਨੇ ਆਏ ਵਾਪਸ? ਅਸੀਂ 2 ਗਏ। ਨਹੀਂ ਅੰਦਰ ਕੋਈ ਲੱਭ ਰਹੇ ਨੇ ਕੋਈ? ਨਹੀਂ ਅੰਦਰ ਗਏ, ਆਪਣਾ BSF ਦੀ ਪਾਰਟੀ ਵੀ ਅੰਦਰ ਹੀ ਹੈ ਜੀ, ਬੋਰਡ ਦੇ ਵਿੱਚ ਅੰਦਰ ਹੀ ਟਰਾਈ ਮਾਰਦੇ ਫਿਰ ਰਹੇ ਨੇ, ਤੇ ਅਸੀਂ ਵੀ ਮੌਕੇ ਤੇ ਵੇਖ ਕੇ ਉੱਥੇ ਖੜੇ ਜੀ, ਗੇਟ ਤੇ ਖੜੇ ਸੀ। ਗੇਟ ਤੇ ਖੜੇ? ਹਾਂਜੀ। ਤੇ ਹੁਣ ਲੱਭਣ ਦੀ ਕੋਸ਼ਿਸ਼ ਕਰ ਰਹੇ ਹੋ? ਦੇਖੋ ਜੀ, ਹੁਣ ਗੋਤਾ ਕੋਲ ਟੀਮ ਆਏਗੀ, ਉਹੀ ਇਸ ਟਾਈਮ ਆਪਣਾ ਤਲਾਸ਼ ਕਰ ਸਕਦੀ ਜੀ। ਕੀ ਨੈਕਸਟ ਕੋਈ ਕਾਰਵਾਈ ਕੀਤੀ ਜਾਏਗੀ? ਕਾਰਵਾਈ ਹੋਏਗੀ ਜੀ, ਜਦੋਂ ਆਪਣਾ ਡੈੱਡ ਬੋਡੀ ਮਿਲੇਗੀ ਉਸ ਤੋਂ ਬਾਅਦ ਕਾਰਵਾਈ ਜੋ ਵੀ ਬਣਦੀ ਕਰਾਂਗੇ। ਠੀਕ ਹੈ।